परेशानी है सानू अज 7 घंटे हो गए ने मतलब अज तक असि क्लीयरेंस नहीं हुए मैम मेलबर्न से फ्लाइट 309 से आई हूँ 5:30 की फ्लाइट पहुंची हुई है यहाँ पे ऐसी आज परेशान हो गया 5 बजे दे आए हैं फ्लाइट ले इंडिया दे नाल 20 मंथ्स का बच्चा है बहुत कोई पूछ नहीं कोई खाना नहीं कुछ नहीं सब अभी भी कह रहे हैं 2-3 घंटे लग जाएंगे फ्लाइट्स क्यों बुला लेते हैं अगर नहीं मैनेज होता है सर जानी तशी देख रहे सारे दर्शकों को मेरा संदीप शर्मा का नमस्कार दोस्तों आज शनिवार देर रात 11 बजे असी तुहाडे नाल दोबारा एक बार रूबरू होने आए हैं इहदा एक खास रीज़न है क्योंकि सानू एक चीज़ पिछले दिन कुछ राहत की खबर आई सी कि जिहड़े फ्लाइटां इंटरनेशनल बंद हो गई सी दोबारा शुरू हो गई तो जिहड़े केंद्र सरकार है तो होर भी गवर्नमेंट्स हैगियां उन्होंने फ्लाइटां एयर इंडिया की फ्लाइट्स नू चला के ये जिहड़े भारतीय बाहर फसे हुए सी कोविड के करके या जिहड़े इंडिया च फसे हुए बाहर जाना चाहते लोग उन्हां लई एक राहत भरी खबर सी कि फ्लाइटां शुरू कर दित्तियां और कोशिश ये सीगा कि सारे अपने अपने घर वापस आ जाण ते पर उहदे लई कुछ प्रकोशनस लिते जा रहे पर यह प्रकोशनस जिहड़े हैगे है जिहड़ी सुविधा हुण कुछ असुविधा बनती जा रही है क्योंकि एयरपोर्ट अथॉरिटी के जिहड़े दावे उह खोखले साबित हो रहे है अज ही तुहानू एक दसीए कि आस्ट्रेलिया लुधियाना दे एक जिहड़े महिला हैगी है कारोबारी दी वाइफ हैगी है रेनू सलूजा जिहड़ी कि एयरपोर्ट ते आई अपने उन्होंने आस्ट्रेलिया तो इत्थे पहुँचे जिहड़ा दिल्ली पहुँचे है तुहानू दसना चाहवांगे कि उन्होंने सानू संपर्क किया हुणे शाम नू रात नू क्योंकि वह फसे हुए है पिछले 5 घंटे तो दिल्ली एयरपोर्ट ते फसे हुए है और एयर मैम मेलबर्न से फ्लाइट 309 से आई हूँ 5:30 की फ्लाइट पहुंची हुई है यहाँ पे इतना बुरा हाल है कोई पूछ नहीं कोई खाना नहीं कुछ नहीं सब ना पानी ना कुछ अभी भी कह रहे हैं 2-3 घंटे लग जाएंगे कुछ समझ नहीं आ रहा क्यों इतनी फ्लाइट्स क्यों बुला लेते हैं अगर नहीं मैनेज होता है इनसे तो ਅੱਜ ਬਹੁਤ ਜ਼ਿਆਦਾ ਅਸੀਂ ਅੱਜ ਪਰੇਸ਼ਾਨ ਹੋਏ ਹਾਂ 5 ਵਜੇ ਦੇ ਆਏ ਹਾਂ ਫਲਾਈਟ ਦੇ ਇੰਡੀਆ ਦੇ ਨਾਲ 20 ਮੰਥਸ ਦਾ ਬੱਚਾ ਹੈ ਬਹੁਤ ਪਰੇਸ਼ਾਨੀ ਹੈ ਸਾਨੂੰ ਅੱਜ 7 ਘੰਟੇ ਹੋ ਗਏ ਨੇ ਮਤਲਬ ਹਜੇ ਤੱਕ ਅਸੀਂ ਕਲੀਅਰੈਂਸ ਨਹੀਂ ਹੋਏ ਦਿੱਲੀ ਏਅਰਪੋਰਟ ਤੋਂ ਬਾਹਰ ਨਹੀਂ ਨਿਕਲੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਥੈਂਕ ਯੂ ਇੱਥੇ ਕੋਵਿਡ ਦੇ ਡਾਕਟਰਾਂ ਦੀ ਟੀਮ ਨਹੀਂ ਹੈ ਕੋਵਿਡ ਚੈੱਕ ਕਰਨ ਦੀ ਟੀਮ ਨਾ ਹੋਣ ਕਰਕੇ ਉਸ ਜਿਹੜੇ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿੱਦਾਂ ਕਿ ਸਾਡੀ ਰੇਨੂ ਸਲੂਜਾ ਜੀ ਨਾਲ ਗੱਲ ਹੋਈ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਸਵੇਰੇ 9:45 'ਤੇ ਮੈਲਬੋਰਨ ਤੋਂ ਚੱਲੇ ਆਪਣੇ ਬੇਟੇ ਕੋਲ ਉੱਥੇ ਗਏ ਹੋਏ ਸੀ ਰਹਿ ਰਹੇ ਸੀਗੇ ਅਤੇ ਉੱਥੋਂ ਚੱਲੇ ਔਰ ਜਿਹੜੇ ਕਿ ਸ਼ਾਮ ਨੂੰ 5:15 ਔਰ 5:45 'ਤੇ ਉਹਨਾਂ ਦੀ ਫਲਾਈਟ ਦਿੱਲੀ ਏਅਰਪੋਰਟ 'ਤੇ ਉਤਰੀ ਪਰ ਏਅਰਪੋਰਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਏਅਰ ਜਿਹੜਾ ਹੈਗਾ ਜਹਾਜ਼ ਤੋਂ ਬਾਹਰ ਆਉਣ ਤੱਕ ਹੀ ਉਹਨਾਂ ਨੂੰ 1 ਘੰਟਾ ਲੱਗ ਗਿਆ 6:30 ਤੱਕ ਲਗਭਗ ਉਹਨਾਂ ਨੂੰ ਬਾਹਰ ਕੱਢਿਆ ਗਿਆ ਔਰ ਉਸ ਤੋਂ ਬਾਅਦ ਵੀ ਉਹ ਬਿਜ਼ਨਸ ਕਲਾਸ 'ਚ ਆਉਣ ਦੇ ਬਾਵਜੂਦ 6:30 ਤੋਂ ਲੈ ਕੇ ਰਾਤ ਦੇ 10 ਤੱਕ ਉਹ 1.5 ਇੰਚ ਵੀ ਨਹੀਂ ਆਪਣੀ ਜਗ੍ਹਾ ਤੋਂ ਹਿੱਲ ਪਾਏ ਹਾਲਾਂਕਿ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂਗੇ ਕਿ ਜਿਹੜੀ ਰੇਨੂ ਸਲੂਜਾ ਜੀ ਹੈ ਸੀਨੀਅਰ ਸਿਟੀਜ਼ਨ ਹੈ ਮੈਲਬੋਰਨ ਤੋਂ ਆਏ ਹੈ ਬਿਜ਼ਨਸ ਕਲਾਸ ਦੀ 2,13,000 ਰੁਪਏ ਦੀ ਟਿਕਟ ਖਰਚ ਕੇ ਆਏ ਹੈ ਕਿ ਫਟਾਫਟ ਉਹ ਆਪਣੇ ਘਰਾਂ ਨਾਲ ਆਪਣੀ ਫੈਮਿਲੀ ਨੂੰ ਮਿਲਣ ਤੁਸੀਂ ਸੋਚੋ ਇਹੋ ਜਿਹੇ ਟਾਈਮ 'ਤੇ ਜਦੋਂ ਇੱਕ ਬੰਦਾ ਬੜੀ ਦੇਰ ਬਾਅਦ ਆਪਣੀ ਫੈਮਿਲੀ ਨੂੰ ਮਿਲਣ ਪਹੁੰਚ ਰਿਹਾ ਹੁੰਦਾ ਤਾਂ ਉਹਦੇ ਵੈਸੇ ਬੇਸਬਰਾ ਹੁੰਦਾ ਔਰ ਐਸੇ ਜੇ 'ਚ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਰ ਤੁਹਾਨੂੰ ਇੱਕ ਚੀਜ਼ ਦੱਸੀਏ ਕਿ ਉਹਨਾਂ ਨੇ ਹੁਣੇ ਇੱਥੋਂ ਕੁਛ ਸਮੇਂ ਪਹਿਲਾਂ ਹੀ ਆਪਣੇ ਨੀਜ਼ ਦਾ ਓਪਰੇਸ਼ਨ ਕਰਾਇਆ ਜਿਹਦੇ ਕਰਕੇ ਉਹ ਵੀਲ ਚੇਅਰ 'ਤੇ ਹੈ ਇੱਕ ਹੋਰ ਬੜੀ ਮਾੜੀ ਗੱਲ ਹੈ ਕਿ ਚਲੋ ਸੁਵਿਧਾਵਾਂ ਦੀ ਕਮੀ ਹੈਗੀ ਹੈ ਅਤੇ ਤੁਸੀਂ ਆਪ ਸੋਚ ਸਕਦੇ ਹੋ 5:30 ਇੱਕ ਫਲਾਈਟ ਲੈਂਡ ਕਰਨਾ ਉਸ ਤੋਂ ਬਾਅਦ ਫਲਾਈਟ ਦੇ ਵਿੱਚੋਂ ਬਾਹਰ ਨਿਕਲਣ ਲਈ 1 ਘੰਟਾ ਲੱਗਣਾ ਔਰ ਉਸ ਤੋਂ ਬਾਅਦ ਜਦੋਂ ਦਾ ਉਹ ਫਲਾਈਟ 'ਚੋਂ ਬਾਹਰ ਨਿਕਲੇ ਉਹ 5 ਇੰਚ ਵੀ ਜਿੱਦਾਂ ਕਿ ਸਾਡੇ ਉਹਨਾਂ ਨਾਲ ਟੈਲੀਫੋਨ 'ਤੇ ਲਾਈਵ ਗੱਲਬਾਤ ਹੋਈ ਅਤੇ ਪਰ ਪੂਅਰ ਕਨੈਕਸ਼ਨ ਹੋਣ ਕਰਕੇ ਲਾਈਵ ਸਟ੍ਰੀਮਿੰਗ ਨਹੀਂ ਹੋ ਪਾਈ ਅਤੇ ਨਾ ਹੀ ਕਾਲ ਰਿਕਾਰਡ ਹੋ ਰਹੀ ਹੈ ਕਿਉਂਕਿ ਉੱਥੇ ਨੈਟਵਰਕ ਦੀ ਕਮੀ ਹੈ ਅਤੇ ਉਹਨਾਂ ਨੇ ਜਿੱਦਾਂ ਸਾਨੂੰ ਦੱਸਿਆ ਉਹਨਾਂ ਨੇ ਸਾਨੂੰ ਕੁਝ ਫੋਟੋਗ੍ਰਾਫਸ ਭੇਜੀਆਂ ਤੁਹਾਨੂੰ ਦੱਸਾਂਗੇ ਕਿ ਅੱਜ ਉਹ ਏਅਰ ਇੰਡੀਆ ਦੀ ਮੈਲਬੋਰਨ ਤੋਂ ਅੱਜ 18 ਤਰੀਕ ਦੀ ਜਿਹੜੀ ਹੈਗੀ ਹੈ 18 ਜੁਲਾਈ ਦੀ ਫਲਾਈਟ ਨੰਬਰ AI 309 ਤੋਂ ਉਹ ਇੰਡੀਆ ਦੇ ਵਿੱਚ ਆਏ ਹੈ ਸ਼ਾਮ ਦੇ ਪਹੁੰਚੇ ਹੋਏ ਹੈ ਪਰ ਉਹਨਾਂ ਨੇ ਏਅਰਪੋਰਟ 'ਤੇ ਫਸੇ ਹੋਏ ਤੁਹਾਨੂੰ ਦਿਖਾਵਾਂਗੇ ਉਹਨਾਂ ਨੇ ਸਾਨੂੰ ਕੁਝ ਫੋਟੋਗ੍ਰਾਫਸ ਭੇਜੀਆਂ ਕਿ ਕਿੱਦਾਂ ਉਹ ਅਤੇ ਉਹਨਾਂ ਦੇ ਨਾਲ ਜਿਹੜੇ ਲੋਕ ਆਏ ਹੈ ਉਹ ਕਿੱਦਾਂ ਉਹ ਫਸੇ ਹੋਏ ਹੈ ਏਅਰਪੋਰਟ 'ਤੇ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਉਹਨਾਂ ਨੇ ਆਪਣੇ ਮੋਬਾਈਲ ਤੋਂ ਸਾਨੂੰ ਭੇਜੀ ਹੈ ਕਿੰਨੇ ਲੋਕ ਹੈਗੇ ਸੀਨੀਅਰ ਸਿਟੀਜ਼ਨਸ ਹੈਗੇ ਆ ਜਿਹੜੇ ਕਿ ਇੰਨੀ ਦੇਰ ਤੋਂ ਕੋਵਿਡ ਕਰਕੇ ਫਸੇ ਹੋਏ ਸੀ ਫੋਰਨ 'ਚ ਉਹ ਅੱਜ ਇੰਡੀਆ ਵਾਪਸ ਆਏ ਪਰ ਉਹਨਾਂ ਦਾ ਇੰਡੀਆ ਵਾਪਸ ਆਉਣਾ ਜਿਹੜਾ ਸੁਵਿਧਾ ਜਿਹੜੀ ਹੈਗੀ ਹੈ ਖੁਸ਼ੀ ਜਿਹੜੀ ਹੈਗੀ ਹੈ ਦੁਵਿਧਾ 'ਚ ਬਦਲ ਗਈ ਔਰ ਉਹ ਕਾਫੀ ਹਰਾਸਮੈਂਟ ਉਹਨਾਂ ਨੂੰ ਝੇਲਣੀ ਪੈ ਰਹੀ ਹੈ ਇੱਕ ਹੋਰ ਹਰਾਸਮੈਂਟ ਜਿਹੜੀ ਉਹਨਾਂ ਨੇ ਸਾਨੂੰ ਦੱਸੀ ਸਾਨੂੰ ਸੁਣ ਕੇ ਹੈਰਾਨ ਹੈ ਕਿ
ਇਹ ਇੰਦਰਾ ਗਾਂਧੀ ਏਅਰਪੋਰਟ ਜਿਹੜਾ ਕਿ ਵਰਲਡ ਦੇ ਵਿੱਚ ਅਵਾਰਡ ਜਿੱਤਦਾ ਆਪਣੀ ਬਿਊਟੀਫਿਕੇਸ਼ਨ ਲਈ, ਕੋਵਿਡ ਕਰਕੇ ਸ਼ਾਇਦ ਪ੍ਰਸ਼ਾਸਨ ਨੇ ਕੁਛ ਸਖ਼ਤ ਉੱਥੇ ਦੇ ਜਿਹੜੇ ਹੈਗੇ ਹੈ ਅਹਿਤਿਆਤ ਵਰਤੇ ਹੋਏ ਆ। ਉਹਦੇ ਵਿੱਚ ਇੱਕ ਹੋਰ ਪ੍ਰੋਬਲਮ ਇਹ ਆ ਰਹੀ ਹੈ ਕਿ ਉਹਨਾਂ ਨੂੰ ਏਅਰਪੋਰਟ 'ਤੇ ਇਸ ਟਾਈਮ ਕੋਈ ਵੀ ਦੁਕਾਨ ਨਹੀਂ ਖੁੱਲ੍ਹੀ, ਕੋਈ ਖਾਣ ਪੀਣ ਦੀ ਚੀਜ਼ ਨਹੀਂ, ਔਰ ਟੂਟੀ ਦਾ ਪਾਣੀ, ਜੀ ਹਾਂ ਦੋਸਤੋ, ਟੂਟੀ ਦਾ ਪਾਣੀ ਪੀ ਕੇ ਉਹਨਾਂ ਨੂੰ ਗੁਜ਼ਾਰਾ ਕਰਨਾ ਪੈ ਰਿਹਾ। ਉਹਨਾਂ ਨੇ ਦੱਸਿਆ, ਰੇਨੂ ਸਲੂਜਾ ਜੀ ਨਾਲ ਸਾਡੀ ਗੱਲ ਹੋਈ ਅਤੇ ਉਹਨਾਂ ਨੇ ਦੱਸਿਆ ਕਿ ਉੱਥੇ ਕਿਸੇ ਤਰੀਕੇ ਦੀ ਕੋਈ ਸੁਵਿਧਾ ਨਹੀਂ ਹੈ ਸਾਨੂੰ ਪ੍ਰਸ਼ਾਸਨ ਤੋਂ, ਅਤੇ ਜੇ ਇੰਨਾ ਟਾਈਮ ਲੱਗ ਰਿਹਾ। ਇਹਦੇ ਬਾਰੇ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉੱਥੇ ਪ੍ਰੋਬਲਮ ਇਹ ਆ ਰਹੀ ਹੈ ਕਿ ਜਿਹੜਾ ਉਹ ਏਅਰਪੋਰਟ ਅਥਾਰਟੀ ਇਹ ਕਹਿ ਰਹੀ ਹੈ ਕਿ ਕੁਛ ਲੋਕ ਜਿਵੇਂ ਬਾਹਰ ਜਾ ਰਹੇ ਤਾਂ ਉਹਨਾਂ ਕੋਲ ਸਿਲੈਕਟਿਡ ਟੀਮ ਹੀ ਹੈਗੀ ਹੈ, ਲਿਮਿਟਿਡ ਟੀਮ ਹੈਗੀ ਹੈ, ਜਿਹੜੇ ਕਿ ਕਿਉਂਕਿ ਕੁਛ ਜਿਹੜੇ ਹੈਗੇ ਲੋਕ ਬਾਹਰ ਵੀ ਜਾ ਰਹੇ, ਫੋਰਨ ਨੂੰ ਜਾ ਰਹੇ, ਅਤੇ ਉਹ ਪਹਿਲਾਂ ਤਰਜੀਹ ਇਹ ਦਿੱਤੀ ਜਾ ਰਹੀ ਹੈ ਕਿ ਜਿਹੜੇ ਫੋਰਨ ਜਾ ਰਹੇ ਆ ਉਹਨਾਂ ਦਾ ਜਿਹੜਾ ਹੈਗਾ ਉਹ ਚੈੱਕਅਪ ਕੀਤਾ ਜਾ ਰਿਹਾ। ਜਦਕਿ ਰੇਨੂ ਸਲੂਜਾ ਜੀ ਨੇ ਇਹ ਵੀ ਦੱਸਿਆ ਕਿ ਸ਼ਾਇਦ ਇਹ ਕਿਉਂਕਿ ਜਦੋਂ ਇਹ ਆਸਟ੍ਰੇਲੀਆ ਤੋਂ ਉੜਨ ਲੱਗੇ ਸੀਗੇ ਤਾਂ ਉੱਥੇ ਵੀ ਕੋਵਿਡ ਇਹਨਾਂ ਦਾ ਟੈਸਟ ਹੋਇਆ, ਕਰੋਨਾ ਟੈਸਟ ਹੋਇਆ। ਉਹਨਾਂ ਦੀ ਰਿਪੋਰਟ ਉਹਨਾਂ ਦੇ ਕੋਲ ਹੈ, ਪਰ ਉਹ ਰਿਪੋਰਟ ਨੂੰ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ, ਜੋ ਕਿ ਸ਼ਾਇਦ ਕਿਸੇ ਹੱਦ ਤੱਕ ਅਸੀਂ ਦੇਖੀਏ ਤਾਂ ਇੰਡੀਅਨ ਗੌਰਮੈਂਟ ਦੀ ਸਿੰਸੀਅਰਿਟੀ ਵੀ ਹੈਗੀ ਆ, ਏਅਰਪੋਰਟ ਅਥਾਰਟੀ ਦੀ ਸਿੰਸੀਅਰਿਟੀ ਹੈ, ਪਰ ਇਹੋ ਜਿਹੀ ਸਿੰਸੀਅਰਿਟੀ ਨੂੰ ਕੀ ਕਰਨਾ ਕਿ ਅਸੀਂ ਜਿਹੜਾ ਹੈਗਾ ਆਪਸੀ ਟੀਮ ਵਰਕ 'ਤੇ ਵੀ ਬਿਲੀਵ ਨਾ ਕਰੀਏ, ਔਰ ਉਹਨਾਂ ਕੋਲ ਲਿਮਿਟਿਡ ਅਰੇਂਜਮੈਂਟਸ ਹੋਣ ਕਰਕੇ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਦਾ ਤਾਂ ਚੈੱਕਅਪ ਹੋ ਰਿਹਾ, ਉਹਨਾਂ ਨੂੰ ਬਾਹਰ ਭੇਜਿਆ ਜਾ ਰਿਹਾ, ਪਰ ਜਿਹੜੇ ਇੰਡੀਆ 'ਚ ਆ ਰਹੇ ਆ ਔਰ ਖਾਸ ਕਰਕੇ ਸਿਟੀਜ਼ਨ ਜਿਹੜੇ ਸੀਨੀਅਰ ਸਿਟੀਜ਼ਨਸ ਹੈ, ਚਲੋ ਸੀਨੀਅਰ ਸਿਟੀਜ਼ਨਸ ਦੇ ਨਾਲ ਉਹਨਾਂ ਨੂੰ ਬੀ ਪੀ ਦੀ ਇੱਕ ਪ੍ਰੋਬਲਮ ਹੈਗੀ ਹੈ, ਨੀ ਔਨ ਵੀਲਸ ਹੈਗੇ ਹੈ, ਤੁਸੀਂ ਦੇਖੋ ਇੰਨੀਆਂ ਸਾਰੀਆਂ ਪ੍ਰੋਬਲਮਸ ਹੋਣ, ਔਰ ਲੇਡੀਜ਼ ਇਕੱਲੀ ਹੈਗੀ ਹੈ, ਔਰ ਉਹ ਨਹੀਂ, ਖੈਰ ਉਹਨਾਂ ਦੇ ਨਾਲ ਹੋਰ ਵੀ ਬਿਜ਼ਨਸ ਕਲਾਸ 'ਚ ਜਿੰਨੇ ਵੀ ਬੰਦੇ ਆ ਸਭ ਫਸੇ ਹੋਏ, ਇਕਨੋਮੀ ਕਲਾਸ ਦਾ ਤਾਂ ਕੁਛ ਪਤਾ ਹੀ ਨਹੀਂ ਹੈ, ਉਹਨਾਂ ਦੇ ਬਾਰੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ, ਪਰ ਉਹਨਾਂ ਨੇ ਸਾਨੂੰ ਜਿਹੜੀ ਕੁਛ ਫੋਟੋਗ੍ਰਾਫਸ ਭੇਜੀਆਂ ਉਹ ਦੇਖ ਕੇ ਹਰ ਕਿ ਬੜਾ ਹੀ ਦਿੱਕਤ ਹੋ ਰਹੀ ਹੈ ਸਾਨੂੰ, ਸਾਡਾ ਦੇਖ ਕੇ ਫੋਟੋਗ੍ਰਾਫਸ ਦੇਖ ਕੇ ਸਾਡਾ ਮਨ ਵਿਚਲਿਤ ਹੋ ਰਿਹਾ। ਅਤੇ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹਾਂਗੇ ਕਿ 213,000 ਦੀ ਟਿਕਟ ਖਰਚ ਕੇ ਇੱਕ ਬੰਦਾ, ਇੱਕ ਲੇਡੀ ਜਿਹੜੀ ਇੰਡੀਆ ਦੇ ਵਿੱਚ ਪਹੁੰਚ ਰਹੀ ਹੈ ਔਰ ਟੂਟੀ ਦਾ ਪਾਣੀ ਪੀ ਰਹੀ ਹੈ ਇੰਡੀਆ ਇੰਦਰਾ ਗਾਂਧੀ ਏਅਰਪੋਰਟ 'ਤੇ, ਦਿੱਲੀ ਇੰਦਰਾ ਗਾਂਧੀ ਏਅਰਪੋਰਟ 'ਤੇ, ਔਰ ਉਹਨਾਂ ਦੇ ਹਸਬੈਂਡ 6 ਵਜੇ ਦੇ ਬਾਹਰ ਆਪਣੀ ਗੱਡੀ 'ਤੇ ਡਰਾਈਵਰ ਦੇ ਨਾਲ ਬਾਹਰ ਗੱਡੀ ਦੇ ਵਿੱਚ ਵੇਟ ਕਰ ਰਹੇ ਆ, ਔਰ ਉਹਨਾਂ ਦੇ ਕੋਲ ਵੀ ਕੋਈ ਬੈਠਣ ਦੀ ਏਅਰਪੋਰਟ 'ਤੇ ਕੋਵਿਡ ਕਰਕੇ ਬਾਹਰ ਬੈਠਣ ਦੀ ਵੀ ਕੋਈ ਫੈਸਿਲਿਟੀ ਨਹੀਂ ਹੈਗੀ, ਲੇਡੀਜ਼ ਅੰਦਰ ਹੈ, ਤੁਸੀਂ ਸੋਚੋ ਦੋਨੋਂ ਸੀਨੀਅਰ ਸਿਟੀਜ਼ਨ ਹੈ, ਜਿਹੜੇ ਹਸਬੈਂਡ ਆ ਉਹ ਸ਼ਾਇਦ 65 ਸਾਲ ਦੇ ਆ ਅਤੇ ਲੇਡੀਜ਼ ਜਿਹੜੀ ਹੈ 62 ਸਾਲ ਦੀ ਹੈ, ਤੁਸੀਂ ਸੋਚ ਸਕਦੇ ਹੋ ਦੋਸਤੋ ਕਿ ਇਹ ਚੀਜ਼ਾਂ ਸੁਣ ਕੇ ਇੰਨਾ ਮਨ ਵਿਚਲਿਤ ਹੁੰਦਾ, ਜਦੋਂ ਇੱਕ ਬੰਦਾ ਖੁਦ ਚੱਲ ਫਿਰ ਨਹੀਂ ਪਾ ਰਿਹਾ ਹੋਵੇ, ਆਤਮ ਨਿਰਭਰ ਨਹੀਂ ਹੋਵੇ ਇਸ ਟਾਈਮ 'ਤੇ, ਸੈਲਫ ਨਹੀਂ ਹੈਗਾ ਸਫੀਸ਼ੀਐਂਟ ਆਪਣੇ ਆਪ ਨੂੰ, ਔਰ ਉਸ ਟਾਈਮ 'ਤੇ ਨਾ ਤਾਂ ਉੱਥੇ ਕੋਈ ਚਾਹ ਦੀ ਦੁਕਾਨ ਖੁੱਲ੍ਹੀ ਹੈ, ਨਾ ਕੋਈ ਖਾਣ ਪੀਣ ਦੀ ਦੁਕਾਨ ਖੁੱਲ੍ਹੀ ਹੈ, ਔਰ ਇਸ ਟਾਈਮ ਵੀ ਰਾਤ ਦੇ 11 ਵਜੇ ਤੁਹਾਨੂੰ ਅਪਡੇਟ ਦੇ ਰਹੇ ਹਾਂ, ਰਾਤ ਦੇ 11 ਵਜੇ ਜੋ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਉਹ ਉਹਨਾਂ ਦਾ ਮਨ ਬੜਾ ਉਦਾਸ ਹੋਇਆ ਹੋਇਆ, ਔਰ ਉਹ ਇਹ ਕਹਿ ਰਹੇ ਆ ਕਿ ਸਾਨੂੰ ਕੋਈ ਸੁਵਿਧਾ ਨਹੀਂ ਦਿੱਤੀ ਜਾ ਰਹੀ, ਜਿਹੜੀ ਕਿ ਏਅਰਪੋਰਟ ਅਥਾਰਿਟੀ ਦੀ ਪੋਲ ਖੋਲ ਰਹੀ ਹੈ, ਮੋਦੀ ਸਰਕਾਰ ਦੀ ਪੋਲ ਖੋਲ ਰਹੀ ਹੈ, ਦਿੱਲੀ ਪ੍ਰਸ਼ਾਸਨ ਦੀ ਪੋਲ ਖੋਲ ਰਹੀ ਹੈ ਕਿ ਕਿੱਦਾਂ ਦੇ ਇੰਤਜ਼ਾਮ ਹੈਗੇ ਏਅਰਪੋਰਟ ਅਥਾਰਿਟੀ 'ਤੇ, ਅਤੇ ਜੇ ਇਹੋ ਜਿਹੇ ਸਿਸਟਮ ਦੇ ਵਿੱਚ ਅਸੀਂ ਕਿੱਦਾਂ ਸੋਚ ਸਕਦੇ ਹਾਂ ਕਿ ਅਸੀਂ ਵਰਲਡ ਦੇ ਵਿੱਚ ਵਰਲਡ ਪਾਵਰ ਬਣਾਂਗੇ, ਜਾਂ ਅਸੀਂ ਕਿੱਦਾਂ ਆਪਣੇ ਉਪਲਬਧੀਆਂ ਗਿਣਾਉਂਦੇ ਹਾਂ, ਅਸੀਂ ਹੈਰਾਨ ਹੈ। ਦੂਸਰੀ ਚੀਜ਼ ਇੱਕ ਹੋਰ ਦੱਸਣਾ ਚਾਹਾਂਗੇ ਕਿ ਹੁਣ ਜਿਹੜਾ ਉਹਨਾਂ ਨੇ ਅਪਡੇਟ ਦਿੱਤਾ ਕਿ ਹਜੇ ਵੀ 2 ਘੰਟੇ ਸ਼ਾਇਦ ਉਹਨਾਂ ਨੂੰ ਲੱਗਣਗੇ ਕਿ ਉਹਨਾਂ ਦਾ ਟੈਸਟ ਹੋਏਗਾ, ਔਰ ਸਵੇਰੇ 8-9 ਵਜੇ ਤੱਕ ਜੇ ਰਿਪੋਰਟ ਠੀਕ ਆਉਂਦੀ ਹੈ ਤਾਂ 8-9 ਵਜੇ ਤੱਕ ਉਹਨਾਂ ਨੂੰ ਜਿਹੜਾ ਹੈ ਬਾਹਰ ਨਿਕਲਣ ਦੀ ਉਹ ਪਰਮਿਸ਼ਨ ਮਿਲੇਗੀ। ਤੁਸੀਂ ਸੋਚ ਸਕਦੇ ਹੋ ਇੱਕ ਇਨਸਾਨ ਜਿਹੜਾ ਕਿ 5:30 ਵਜੇ ਸਵੇਰੇ, ਤੁਸੀਂ ਆਪ ਸੋਚੋ, ਸਵੇਰੇ 9:15 ਦੀ ਫਲਾਈਟ ਫੜੀ, 9:45 'ਤੇ ਉਹਨਾਂ ਡਿਪਾਰਚਰ, ਜੋ ਉਹਨਾਂ ਨੇ ਸਾਨੂੰ ਆਪਣੀ ਟਿਕਟ 'ਤੇ ਪਰੂਫ ਭੇਜਿਆ, 9:45 'ਤੇ ਉਹਨਾਂ ਨੇ ਡਿਪਾਰਚਰ ਦਿਖਾਇਆ, ਔਰ 5:45 'ਤੇ ਉਹ ਦਿੱਲੀ ਏਅਰਪੋਰਟ 'ਤੇ ਉਤਰੇ, ਪਰ ਹਵਾਈ ਜਹਾਜ਼ ਤੋਂ ਬਾਹਰ ਆਉਣ ਲਈ 1 ਘੰਟਾ, ਔਰ ਉਸ ਤੋਂ ਬਾਅਦ ਜਿੱਥੇ ਏਅਰਪੋਰਟ ਦੇ ਉੱਪਰੋਂ ਜਿੱਥੇ ਕਿ ਉਤਰੇ ਲਾਊਂਜ 'ਚ, ਉੱਥੋਂ ਦੀ ਲੈ ਕੇ, ਲਾਊਂਜ 'ਚ ਵੀ ਨਹੀਂ ਹੈ, ਉਹਨਾਂ ਨੂੰ ਬਾਹਰ ਹੀ ਉੱਥੇ ਬਿਠਾਇਆ ਗਿਆ, ਅਤੇ ਉੱਥੋਂ ਦੀ ਨੀਚੇ ਤੱਕ ਆਉਣ 'ਚ ਉਹਨਾਂ ਨੂੰ 4 ਤੋਂ 5 ਘੰਟੇ, ਔਰ ਉਸ ਤੋਂ ਬਾਅਦ 2 ਘੰਟੇ ਟੈਸਟ, ਔਰ ਸਵੇਰੇ ਜਦੋਂ ਆਪਣੇ ਹਸਬੈਂਡ ਨੂੰ ਮਿਲਣਗੇ, ਔਰ ਹਸਬੈਂਡ ਜਿਹੜੇ ਵਿਚਾਰੇ ਹੈ ਉਹ ਬਾਹਰ ਆਪਣੀ ਗੱਡੀ ਦੇ ਵਿੱਚ ਅਲੱਗ ਡਰਾਈਵਰ ਦੇ ਨਾਲ ਵੇਟ ਕਰ ਰਹੇ। ਤੁਸੀਂ ਇਹ ਸਾਰੀ ਸਥਿਤੀ ਸੁਣ ਕੇ ਹੀ ਸਾਡਾ ਮਨ ਵਿਚਲਿਤ ਹੋ ਰਿਹਾ, ਤੁਸੀਂ ਵੀ ਉਮੀਦ ਹੈ ਕਿ ਤੁਹਾਡਾ ਵੀ ਮਨ ਇੱਦਾਂ ਦਾ ਹੀ ਹੋਏਗਾ, ਅਤੇ ਅਸੀਂ ਚਾਹੁੰਦੇ ਕਿ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਅੱਗੇ ਅਸੀਂ ਪਹੁੰਚਾਈਏ, ਪ੍ਰਸ਼ਾਸਨ ਦੇਖੇ, ਏਅਰਪੋਰਟ ਅਥਾਰਟੀ ਦੇਖੇ ਕਿ ਕਿੱਦਾਂ ਕਿੱਦਾਂ ਦੀ ਚੀਜ਼ਾਂ ਹੋ ਰਹੀਆਂ, ਕਿੱਦਾਂ ਦੀ ਅਸੁਵਿਧਾਵਾਂ ਦੇ ਕਰਕੇ ਇਹ ਸਾਰੀ ਚੀਜ਼ਾਂ ਹੋ ਰਹੀਆਂ। ਇੱਦਾਂ ਹੀ ਤੁਹਾਨੂੰ ਹੋਰ ਵੀ ਇਸ ਮਾਮਲੇ 'ਚ ਅਸੀਂ ਅਪਡੇਟ ਦਿੰਦੇ ਰਹਾਂਗੇ, ਪੂਅਰ ਕਨੈਕਸ਼ਨ ਹੋਣ ਕਰਕੇ ਅਸੀਂ ਗੱਲਬਾਤ ਨਹੀਂ ਕਰਾ ਪਾ ਰਹੇ, ਪਰ ਤੁਹਾਨੂੰ ਅਪਡੇਟ ਦੇ ਰਹੇ ਹਾਂ, ਅਤੇ ਇੱਦਾਂ ਹੀ ਹੋਰ ਵੀ ਚੀਜ਼ਾਂ ਜਿੱਦਾਂ ਹੀ ਸਾਡੀ ਇਨਫੋਰਮੇਸ਼ਨ ਆਏਗੀ ਤੁਹਾਨੂੰ ਅਪਡੇਟ ਦੇਵਾਂਗੇ। ਦੇਖਦੇ ਰਹੋ, ਬਣੇ ਰਹੋ, ਜਾਣੇ ਤੇ ਅਸੀਂ, ਧੰਨਵਾਦ।